ਤਾਂ ਸੁਣਦੇ ਹਾਂ ਬਜ਼ੁਰਗਾਂ ਤੋਂ ਕਿ ਜੋ ਵੀ ਇੱਥੇ ਸੰਗਤ ਨਤਮਸਤਕ ਹੋਣ ਲਈ ਆਉਂਦੀ ਸੀ ਉਹ ਧਰਤੀ ਦੀ ਹਿੱਕ ਤੇ ਸੌਂਦੀ ਸੀ। ਉਹ ਦੂਜੇ ਬੰਦੇ ਨੂੰ ਅਸੀਂ ਗਏ ਉਹਨਾਂ ਕੋਲ, ਉਹਨਾਂ ਨੂੰ ਕਿਹਾ ਜਾ ਕੇ ਦੱਸਿਆ, ਉਹ ਦੂਜੇ ਬੰਦੇ ਚ ਕਸੂਰ ਕੱਢਦੇ ਨੇ, ਤੁਹਾਡਾ ਕੀ ਹੈ, ਤੁਸੀਂ ਆਏ ਹੋ। ਆਪਣੀ ਗਲਤੀ ਛੁਪਾਉਣ ਲਈ ਹਰ ਬੰਦਾ ਦੂਜੇ ਦੀ ਗਲਤੀ ਨੂੰ ਮੂਹਰੇ ਲਿਆ ਕੇ ਧਰ ਦਿੰਦਾ। ਦੇਖੋ ਜਿਸ ਤਰ੍ਹਾਂ ਲੰਗਰਾਂ ਦਾ ਕਨਸੈਪਟ ਬਦਲ ਚੁੱਕਿਆ ਨਾ, ਇਸੇ ਤਰ੍ਹਾਂ ਨਗਰ ਕੀਰਤਨਾਂ ਦਾ ਕਨਸੈਪਟ ਵੀ ਬਦਲ ਚੁੱਕਿਆ। ਸਰ ਤੁਸੀਂ ਜਿਸ ਤਰ੍ਹਾਂ ਕਹਿ ਲੋ ਵੀ ਉੱਪਰੋਂ ਕਮੇਟੀ ਵੱਲੋਂ ਹੁਕਮ ਹੁੰਦਾ ਜੀ, ਆਪਾਂ ਉਹਨਾਂ ਨੂੰ, ਮੇਰੀ ਗੱਲ ਸੁਣੋ, ਹੁਣ ਆਪਾਂ ਡਾਂਗ ਲੈ ਕੇ ਤਾਂ ਖੜ ਨਹੀਂ ਸਕਦੇ ਵੀ ਆਓ, ਅਸੀਂ ਤਾਂ ਵੜਨ ਨਹੀਂ ਦਿੰਦੇ। ਨਗਰ ਕੀਰਤਨਾਂ ਦਾ ਇੰਨਾ ਮੈਂ ਤਾਂ ਹੈਰਾਨ ਹਾਂ, ਮੈਂ ਤਾਂ ਇੱਥੇ ਦੇਖਿਆ ਤੇ ਉਹਦੇ ਚ ਕੋਈ ਮਰਿਆਦਾ ਨਹੀਂ ਹੁੰਦੀ, ਕੋਈ ਮਰਿਆਦਾ, ਸਾਰੀਆਂ ਮਰਿਆਦਾ ਭੁੱਲ ਚੁੱਕੇ ਹੁੰਦੇ, ਭੁੱਲ ਚੁੱਕੇ ਹੁੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਰਦਾ ਟੀਵੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਜਗਤਾਰ ਸਿੰਘ ਸਵਾਗਤ ਕਰਦਾ। ਇਸ ਸਮੇਂ ਅਸੀਂ ਮੌਜੂਦ ਹਾਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ, ਜਿੱਥੇ ਅੱਜ ਸਾਰੀ ਸਿੱਖ ਕੌਮ ਸ਼ਹੀਦੀ ਦਿਹਾੜੇ ਮਨਾ ਰਹੀ ਹੈ। ਤੇ ਆਪਾਂ ਅੱਜ ਕਿਸ ਤਰ੍ਹਾਂ ਸ਼ਹੀਦੀ ਦਿਹਾੜੇ ਮਨਾਉਣੇ ਚਾਹੀਦੇ ਨੇ ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਚੌਹਾਨ ਕੇ ਬਤੌਰ ਮੈਨੇਜਰ ਸ੍ਰੀ ਚਮਕੌਰ ਸਾਹਿਬ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ। ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਅਜੋਕੇ ਸਮੇਂ ਦੇ ਵਿੱਚ ਜਿਹੜੀਆਂ ਆਪਾਂ ਸ਼ਹੀਦੀ ਸ਼ਹਾਦਤਾਂ ਮਨਾ ਰਹੇ ਹਾਂ ਜੀ, ਅੱਜ ਦੇ ਸਮੇਂ ਦੇ ਵਿੱਚ ਜਿਹੜਾ ਪਿਛਲੇ ਦਹਾਕਿਆਂ ਦੇ ਵਿੱਚ ਸਿੱਖ ਕੌਮ ਜਿਹੜੀ ਸ਼ਹੀਦੀਆਂ ਮਨਾਇਆ ਕਰਦੀ ਸੀਗੀ ਜੀ, ਤੇ ਅੱਜ ਕਿਸ ਤਰ੍ਹਾਂ ਦੇ ਹਾਲਾਤ ਹੋ ਗਏ ਨੇ, ਕਿਸ ਤਰ੍ਹਾਂ ਦੇਖਦੇ ਹੋ ਜੀ ਇਹਨਾਂ ਨੂੰ ਅੱਜ ਦੇ ਆ ਤੇ ਪਿਛਲੇ ਦਹਾਕਿਆਂ ਦੇ ਨਾਲ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਆਪਣੇ ਸ਼ਹਾਦਤਾਂ ਦੇ ਦਿਹਾੜਿਆਂ ਨੂੰ ਮਨਾ ਰਹੀ ਹੈ। ਜੋ ਸਵਾਲ ਕੀਤਾ ਗਿਆ ਹੈ ਕਿ ਪਹਿਲਾਂ ਜੋ ਸ਼ਹਾਦਤਾਂ ਦੇ ਦਿਹਾੜੇ ਮਨਾਏ ਜਾਂਦੇ ਸੀ, ਤਾਂ ਸੁਣਦੇ ਹਾਂ ਬਜ਼ੁਰਗਾਂ ਤੋਂ ਕਿ ਜੋ ਵੀ ਇੱਥੇ ਸੰਗਤ ਨਤਮਸਤਕ ਹੋਣ ਲਈ ਆਉਂਦੀ ਸੀ ਉਹ ਧਰਤੀ ਦੀ ਹਿੱਕ ਤੇ ਸੌਂਦੀ ਸੀ। ਪਰ ਅੱਜ ਅਸੀਂ ਸਾਰੇ ਹੀ ਕੀਜਰ ਵਾਲਾ ਕਮਰਾ, ਗੱਦਿਆਂ ਵਾਲਾ ਕਮਰਾ, ਬੈੱਡ ਲੱਗੇ ਹੋਣ, ਸਾਰੀਆਂ ਸਹੂਲਤਾਂ ਹੋਣ, ਉੱਥੇ ਚਾਹ ਵੀ ਜਾਵੇ, ਉੱਥੇ ਪ੍ਰਸ਼ਾਦਾ ਵੀ ਜਾਵੇ, ਇਸ ਤਰ੍ਹਾਂ ਦੇ ਸੁੱਖ ਆਰਾਮ ਅਸੀਂ ਭਾਲਦੇ ਹਾਂ। ਜਦਕਿ ਮੈਂ ਤਾਂ ਇਹ ਸੋਚਦਾ ਕਿ ਸਾਰਾ ਕਨਸੈਪਟ ਹੀ ਬਦਲ ਗਿਆ, ਲੰਗਰ ਦਾ ਕਨਸੈਪਟ ਬਦਲ ਗਿਆ। ਲੰਗਰ ਜੋ ਨੇ ਉਹ ਜਲੇਬੀਆਂ ਪਕਵਾਨਾਂ ਤੇ ਤੱਕ ਚਲੇ ਗਏ ਨੇ। ਜੋ ਲੰਗਰ ਸੀ ਪਹਿਲਾਂ, ਲੋਕ ਘਰਾਂ 'ਚ ਚੁੱਲ੍ਹੇ 'ਚ ਅੱਗ ਨਹੀਂ ਸੀ ਪਾਉਂਦੇ ਤੇ ਗੁਰਦੁਆਰਾ ਸਾਹਿਬ ਆਉਂਦੇ, ਗੁਰੂ ਕੇ ਲੰਗਰ ਵਿੱਚ ਦਾਲ ਰੋਟੀ ਨਾਲ ਪ੍ਰਸ਼ਾਦਾ, ਦਾਲ ਨਾਲ ਪ੍ਰਸ਼ਾਦਾ ਛਕਦੇ, ਤੇ ਇੱਥੇ ਦੀਵਾਨ ਹਾਲ ਵਿੱਚ ਜਿੱਥੇ ਵੀ ਜਗ੍ਹਾ ਮਿਲ ਜਾਂਦੀ, ਦਰਬਾਰ ਸਾਹਿਬ 'ਚ ਮਿਲ ਜਾਂਦੀ, ਪ੍ਰਕਰਮਾ 'ਚ ਮਿਲ ਜਾਂਦੀ, ਨਾ ਜਿੱਥੇ ਰਸਤੇ 'ਤੇ ਮਿਲ ਜਾਂਦੀ ਉੱਥੇ ਹੀ ਸੌਂ ਜਾਂਦੇ ਸੀ। ਪਰ ਹੁਣ ਉਹ ਗੱਲ ਸਾਡੇ ਤੋਂ ਖੁਸਦੀ ਜਾ ਰਹੀ ਹੈ, ਅਸੀਂ ਐਸ਼ੋ ਆਰਾਮ ਵੱਲ ਨੂੰ ਹੋ ਤੁਰੇ ਹਾਂ। ਲੰਗਰਾਂ ਦਾ ਜਿਹੜਾ ਚੱਲਦਾ ਹੈ, ਲੰਗਰਾਂ ਨੇ ਵੀ ਜੋ ਕੀਤਾ ਉਹਦੇ ਵਿੱਚ ਮੂਰਤੀਆਂ ਰੱਖ ਕੇ, ਧੂਫਾਂ ਤਿਖਾ ਕੇ, ਹਨਾ, ਜੋਤਾਂ ਲਗਾ ਕੇ ਤੇ ਬੜੇ ਬੜੇ ਸਪੀਕਰ ਲਗਾ ਕੇ, ਹਨਾ, ਲੰਗਰ ਛਕਣ ਲਈ ਲੋਕਾਂ ਨੂੰ ਪ੍ਰੇਰਿਆ ਜਾਂਦਾ ਤੇ ਉਹ ਵੀ ਸਾਡੇ ਲਈ ਬਹੁਤ, ਸਾਡੀ ਮਰਿਆਦਾ ਨੂੰ ਵੀ ਸੱਟ ਮਾਰਦਾ। ਮੈਂ ਦੇਖਿਆ ਲੰਗਰਾਂ ਦੇ ਵਿੱਚ ਫੱਟੇ ਰੱਖ ਕੇ ਜੁੱਤੀਆਂ ਪਾ ਕੇ ਉੱਤੇ ਲਿਖਿਆ ਗੁਰੂ ਕਾ ਲੰਗਰ। ਕਿਆ ਗੁਰੂ ਕਾ ਲੰਗਰ ਜੋੜੇ ਪਾ ਕੇ ਫੱਟੇ ਰੱਖ ਕੇ ਬੈਠ ਕੇ ਛਕਣਾ, ਇਹ ਗੁਰੂ ਕਾ ਲੰਗਰ ਨਹੀਂ ਹੋ ਸਕਦਾ। ਭਾਈ ਸਾਹਿਬ,
ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਗੁਰੂ ਸਾਹਿਬ ਦੀ ਫੋਟੋ ਰੱਖ ਕੇ ਉੱਤੇ ਧੂਫ ਲਗਾ ਕੇ ਇੱਕ ਜਗ੍ਹਾ ਤਾਂ ਜੀ ਸਾਨੂੰ ਗੁਰੂ ਨਾਨਕ ਦੇਵ ਜੀ ਇਹਨਾਂ ਫੋਟੋ ਵਾਸਤੇ ਪਖੰਡਵਾਦ ਤੋਂ ਕੱਢ ਕੇ ਗਏ ਨੇ, ਤੇ ਇਹਦਾ ਕਸੂਰਵਾਰ ਕਿਹਨੂੰ ਮੰਨਦੇ ਆ ਜੀ? ਕਿਉਂ ਨੀ ਇਹਨਾਂ ਨੂੰ ਪ੍ਰਚਾਰਿਆ ਕਿਉਂ ਨੀ ਗਿਆ ਜੀ, ਸੰਗਤਾਂ ਨੂੰ ਦੱਸਿਆ ਕਿਉਂ ਨੀ ਗਿਆ ਹੈਗਾ ਜੀ? ਇਹਦੇ ਵਿੱਚ ਤੁਸੀਂ ਕਸੂਰਵਾਰ ਕਿਹਨੂੰ ਮੰਨਦੇ ਹੋ ਜੀ? ਦੇਖੋ ਜੀ, ਪ੍ਰਚਾਰ ਬਹੁਤ ਹੋ ਰਿਹਾ ਪਰ ਲੋਕ ਅਮਲ ਨੀ ਕਰਦੇ, ਸੁਣਨ ਨੂੰ ਤਿਆਰ ਨਹੀਂ, ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉਹ ਦੂਜੇ ਬੰਦੇ ਨੂੰ ਅਸੀਂ ਗਏ ਉਹਨਾਂ ਕੋਲੇ, ਉਹਨਾਂ ਨੂੰ ਕਿਹਾ ਜਾ ਕੇ ਦੱਸਿਆ, ਉਹ ਦੂਜੇ ਬੰਦੇ 'ਚ ਕਸੂਰ ਕੱਢਦੇ ਨੇ, ਤੁਹਾਡਾ ਕੀ ਹੈ, ਤੁਸੀਂ ਆਏ ਹੋ। ਆਪਣੀ ਗਲਤੀ ਛਪਾਉਣ ਲਈ ਹਰ ਬੰਦਾ ਦੂਜੇ ਦੀ ਗਲਤੀ ਨੂੰ ਮੂਹਰੇ ਲੈ ਕੇ ਧਰ ਦਿੰਦਾ। ਜਿਸ ਤਰ੍ਹਾਂ ਅੱਜ ਕੱਲ੍ਹ ਦੇਖਿਆ ਜਾਂਦਾ ਜੀ, ਨਗਰ ਕੀਰਤਨ ਪਹੁੰਚਦੇ ਨੇ ਗੁਰਦੁਆਰਾ ਸਾਹਿਬ ਦੇ ਹਦੂਦ ਦੇ ਅੰਦਰ ਜੀ, ਤੇ ਰਸਤੇ ਦੇ ਵਿੱਚ ਜਿਹੜੇ ਨੇ ਨੌਜਵਾਨ ਮੁੰਡੇ ਨੇ ਉਸ ਉੱਚੀ ਸਪੀਕਰ ਲਾਊਡ ਸਪੀਕਰ ਲਗਾ ਕੇ ਆਉਂਦੇ ਨੇ, ਨਾ ਹੀ ਕੋਈ ਕੀਰਤਨ ਸੁਣਦਾ ਤੇ ਨਾ ਹੀ ਕੀਰਤਨ ਵਾਲੇ ਆਪਣਾ ਕੀਰਤਨ ਕਰਦੇ ਨੇ, ਤੇ ਟ੍ਰੈਕਟਰਾਂ ਤੇ ਆਪਣਾ ਜੋ ਉਹਨਾਂ ਦਾ ਡੀਜੇ ਵਗੈਰਾ ਉਹ ਚੱਲਦਾ ਹੁੰਦਾ। ਇਸ ਬਾਰੇ ਕੀ ਵਿਚਾਰ ਨੇ ਤੁਹਾਡੇ? ਦੇਖੋ, ਜਿਸ ਤਰ੍ਹਾਂ ਲੰਗਰਾਂ ਦਾ ਕਨਸੈਪਟ ਬਦਲ ਚੁੱਕਿਆ ਨਾ, ਇਸੇ ਤਰ੍ਹਾਂ ਨਗਰ ਕੀਰਤਨਾਂ ਦਾ ਕਨਸੈਪਟ ਵੀ ਬਦਲ ਚੁੱਕਿਆ। ਪਹਿਲਾਂ ਪ੍ਰਭਾਤ ਫੇਰੀਆਂ ਹੁੰਦੀਆਂ ਸੀ, ਸੰਗਤ ਤੁਰ ਕੇ ਜਾਂਦੀ ਸੀ, ਵਾਹਿਗੁਰੂ ਦਾ ਜਾਪ ਕਰਦੀ ਸੀ, ਤੇ ਹੁਣ ਵੱਡੇ ਵੱਡੇ ਡੀਜੇ ਲਾ ਲੈਂਦੇ ਨੇ ਤੇ ਬੈਂਡ ਪਾਰਟੀਆਂ ਕਰ ਲੈਂਦੇ ਨੇ। ਦੇ ਨਾਲ ਮੈਂ ਦੇਖਿਆ ਕੱਲ ਇੱਕ ਨਗਰ ਕੀਰਤਨ ਆਇਆ, ਉਹਨਾਂ ਦੇ ਦਾੜੀਆਂ ਕੱਟੀਆਂ ਹੋਈਆਂ, ਪੀਲੇ ਚੋਲੇ ਪਾਏ ਹੋਏ, ਇੰਨਾ ਮਤਲਬ ਮਨ ਨੂੰ ਦੁੱਖ ਲੱਗਿਆ ਕਿ ਯਾਰ ਕਿਆ ਸਾਡਾ ਕਿਆ ਰਹਿ ਗਿਆ ਹਨਾ। ਤੇ ਪੰਜ ਪਿਆਰਾਂ ਦੇ ਚੋਲੇ, ਸਿੱਖੀ ਦੀ ਪੁਸ਼ਾਕ ਇੱਕ ਦਾੜੀ ਕੱਟੇ ਵਾਲੇ ਬੰਦੇ ਦੇ ਪਾਈ ਹੋਵੇ, ਤੇ ਫਿਰ ਨਗਰ ਕੀਰਤਨ ਲੈ ਕੇ ਆਉਂਦੇ ਨੇ, ਪਾਲਕੀ ਸਾਹਿਬ ਕੱਲੀ ਖੜੀ ਰਹਿ ਜਾਂਦੀ ਆ, ਪੰਜ ਪਿਆਰੇ ਵੀ ਲੰਗਰ ਚ ਨੂੰ ਭੱਜ ਲਏ, ਦਰਬਾਰ ਚ ਨੂੰ ਭੱਜ ਲਏ, ਤੇ ਪੰਜ ਨਿਸ਼ਾਨ ਚ ਵੀ ਮਗਰੇ ਭੱਜ ਲਏ, ਪ੍ਰਬੰਧਕ ਕਮੇਟੀਆਂ ਵੀ ਭੱਜ ਲਈਆਂ। ਉੱਥੇ ਇੱਕ ਬੰਦਾ ਤਾਬਿਆ ਬੈਠਾ ਹੁੰਦਾ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਾਬਾ ਜੀ ਕਿੱਥੋਂ ਆਇਆ ਲੰਗਰ ਆਪਣਾ ਨਗਰ ਕੀਰਤਨ? ਤੇ ਉਹਨਾਂ ਨੇ ਜੀ ਮੈਨੂੰ ਕਹਿੰਦੇ ਜੀ ਫਲਾਣੇ ਪਿੰਡ ਤੋਂ ਆਇਆ। ਮੈਂ ਕਿਹਾ ਜੀ ਤੁਸੀਂ ਮੈਨੂੰ ਕਿਸੇ ਪ੍ਰਬੰਧਕ ਨੂੰ ਮਿਲਾ ਦਿਓ। ਕਹਿੰਦੇ ਦੱਸੋ ਜੀ। ਮੈਂ ਕਿਹਾ ਜੀ ਪ੍ਰਬੰਧਕ ਨੂੰ ਮਿਲਣਾ? ਨਹੀਂ, ਤੁਸੀਂ ਦੱਸੋ ਜੀ। ਮੈਂ ਕਿਹਾ ਚਲੋ ਗ੍ਰੰਥੀ ਸਿੰਘ ਹੋ ਤੁਸੀਂ? ਨਾ ਉਹ ਗ੍ਰੰਥੀ ਸਿੰਘ, ਨਾ ਉਹਨੂੰ ਇਤਿਹਾਸ ਦਾ ਪਤਾ। ਮੈਂ ਉਹਨੂੰ ਇਤਿਹਾਸ ਪੁੱਛ ਲਿਆ, ਮੈਂ ਕਿਹਾ ਇਤਿਹਾਸ ਦੱਸ ਦੋ ਕੀ ਆ। ਨਾ ਉਹਨੂੰ ਇਤਿਹਾਸ ਦਾ ਪਤਾ, ਨਾ ਉਹ ਗ੍ਰੰਥੀ, ਨਾ ਉਹਨੂੰ ਪਾਠ ਦਾ ਪਤਾ। ਵਿਚਾਰਾ ਚੌਰ ਕਰੇ ਇਕੱਲਾ ਹੀ ਬੈਠਾ, ਤੇ ਮਹਾਰਾਜ ਸਰੂਪ ਬਿਰਾਜਮਾਨ ਸੀ, ਤੇ ਜਿੰਨੇ ਲੋਕ ਨਾਲ ਸੀ ਜਾਂ 10-20 ਬੰਦੇ ਸੀਗੇ ਜਿਹੜੇ, ਉਹ ਸਾਰੇ ਕੋਈ ਲੰਗਰ ਚ ਵੜ ਗਿਆ, ਕੋਈ ਦਰਬਾਰ ਚਲਿਆ ਗਿਆ। ਇੰਨਾ ਦੁੱਖ ਲੱਗਿਆ ਵੀ ਗੁਰੂ ਮਹਾਰਾਜ ਦੇ ਸਰੂਪ ਦਾ ਕੋਈ ਸਤਿਕਾਰ ਨਹੀਂ ਸੀ। ਇਹ ਜਿਹੜਾ ਹੈ ਇਹ ਬੰਦ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਨਗਰ ਕੀਰਤਨ ਕਰਨਾ, ਉਹ ਪ੍ਰਭਾਤ ਫੇਰੀ ਦੇ ਰੂਪ ਵਿੱਚ ਜਾਪ ਕਰਦਿਆਂ ਜਾਂ ਮਤਲਬ ਕੀਰਤਨ ਕਰਦਿਆਂ ਆਉਣਾ ਚਾਹੀਦਾ। ਇਸ ਤਰ੍ਹਾਂ ਨਹੀਂ ਆਉਣਾ ਚਾਹੀਦਾ ਵੱਡੇ ਵੱਡੇ ਬੈਂਡ ਲੈ ਕੇ ਜਾਂ ਵੱਡੇ ਵੱਡੇ ਡੈਕ ਲਗਾ ਕੇ, ਇਹ ਨਹੀਂ ਆਉਣਾ ਚਾਹੀਦਾ। ਬੈਂਡ ਬਾਜੇ ਵਾਲੇ ਵੀ ਜਿਹੜੇ ਤਕਰੀਬਨ ਦੇਖੇ ਜਾ ਰਹੇ ਨੇ ਕਿ ਜਾਂ ਤਾਂ ਉਹ ਜਰਦਾ ਮਲਦੇ ਹੋਣਗੇ ਜਾਂ ਸਿਗਰਟਾਂ ਪੀਂਦੇ ਹੋਣਗੇ, ਭਾਵੇਂ ਕਿ ਨਗਰ ਕੀਰਤਨ ਦੇ ਵਿੱਚ ਨਹੀਂ ਹੈ, ਲੇਕਿਨ ਆਸੇ ਪਾਸੇ ਹੋ ਕੇ ਤਾਂ ਕਰਦੇ ਹੀ ਹੋਣਗੇ ਇਹ ਕੰਮ। ਇਹਦੇ ਵਿੱਚ ਵੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਨਗਰ ਕੀਰਤਨ ਪ੍ਰਭਾਤ ਫੇਰੀ ਦੇ ਰੂਪ ਦੇ ਵਿੱਚ ਆਉਣਾ ਚਾਹੀਦਾ, ਸੰਗਤਾਂ ਨੂੰ ਜਾਪ ਕਰਦੇ ਆਉਣਾ ਚਾਹੀਦਾ, ਇਹ ਵੀ ਬਹੁਤ ਵਧੀਆ ਗੱਲ ਆ ਤੁਹਾਡੀ ਜੀ। ਇਸ ਬਾਰੇ ਸ਼੍ਰੋਮਣੀ ਕਮੇਟੀ ਕੀ ਐਕਸ਼ਨ ਲਵੇਗੀ ਜੀ ਅੱਗੇ? ਦੇਖੋ, ਸ਼੍ਰੋਮਣੀ ਕਮੇਟੀ ਪ੍ਰਚਾਰ ਕਰ ਸਕਦੇ ਹਾਂ। ਸ਼੍ਰੋਮਣੀ ਕਮੇਟੀ, ਹੁਣ ਅਸੀਂ ਸ਼੍ਰੋਮਣੀ ਕਮੇਟੀ ਦੇ ਗੁਰਦੁਆਰਾ ਇੱਥੇ 10 ਨਗਰ ਕੀਰਤਨ ਵਾਲੇ ਇਜਾਜ਼ਤ ਲੈਣ ਆਏ, ਸਾਰਿਆਂ ਨੂੰ ਇਹ ਗੱਲ ਦੱਸੀ ਵੀ ਨਾ ਜੀ ਅਸੀਂ ਤਾਂ ਮਰਿਆਦਾ ਚਾਹੁੰਦੇ ਹਾਂ ਜੀ। ਉਹ ਸੁਣਦੇ ਨਹੀਂ, ਲੋਕ ਸੁਣਨ ਨੂੰ ਤਿਆਰ ਨਹੀਂ ਹੈ, ਗੱਲ ਹੀ ਸੁਣਨ ਨੂੰ ਤਿਆਰ ਨਹੀਂ ਲੋਕ। ਮਰਿਆਦਾ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਨਗਰ ਕੀਰਤਨ ਦੀ ਇਜਾਜ਼ਤ ਦਿੰਦੇ ਹੋ ਜੀ, ਤੁਸੀਂ ਉਹਨਾਂ ਨੂੰ ਇਹ ਵੀ ਕਹਿ ਸਕਦੇ ਹੋ ਕਿ ਨਹੀਂ ਅਸੀਂ ਮਨਾ ਕਰਦੇ ਹਾਂ? ਮਨਾ ਕਰਨ ਦੇ ਬਾਵਜੂਦ ਵੀ ਲੈ ਕੇ ਆਉਂਦੇ ਨੇ, ਫਿਰ ਕੀ ਕਰਾਂਗੇ? ਫਿਰ ਅਗਲੀ ਵਾਰ ਤੋਂ ਤੁਸੀਂ ਉਹਨਾਂ ਨੂੰ ਨਗਰ ਕੀਰਤਨ ਮਨਾਹੀ ਜ਼ਰੂਰ ਲਿਖਤੀ ਰੂਪ ਦੇ ਵਿੱਚ ਜਾਂ ਕਹਿ ਲਓ, ਮੰਨ ਲਓ ਅਸੀਂ ਮਨਾਹੀ ਕਰਤੀ, ਉਹ ਫਿਰ ਵੀ ਆ ਗਏ, ਫਿਰ ਸਾਨੂੰ ਤਾਂ ਗੁਰੂ ਸਾਹਿਬ ਕਰਕੇ ਉਹਦਾ ਸਤਿਕਾਰ ਕਰਨਾ ਹੀ ਪੈਣਾ, ਬਣਦਾ ਜੀ ਬਣਦਾ। ਫਿਰ ਅਸੀਂ ਕੀ ਕਰ ਸਕਦੇ, ਕੀ ਕਰਾਂਗੇ?
ਨਹੀਂ ਸਰ, ਤੁਸੀਂ ਜਿਸ ਤਰ੍ਹਾਂ ਕਹਿ ਲੋ ਵੀ ਉੱਪਰੋਂ ਕਮੇਟੀ ਵੱਲੋਂ ਹੁਕਮ ਹੁੰਦਾ ਜੀ, ਆਪਾਂ ਉਹਨਾਂ ਨੂੰ, ਮੇਰੀ ਗੱਲ ਸੁਣੋ, ਹੁਣ ਆਪਾਂ ਡਾਂਗ ਲੈ ਕੇ ਤਾਂ ਖੜ ਨਹੀਂ ਸਕਦੇ ਵੀ ਆਓ, ਅਸੀਂ ਤਾਂ ਵੜਨ ਨਹੀਂ ਦਿੰਦੇ, ਅਸੀਂ ਕਿਸ ਤਰੀਕੇ ਨਾਲ ਰੋਕਾਂਗੇ? ਬੇਨਤੀ ਕਰ ਸਕਦੇ, ਬੇਨਤੀ ਕਰ ਸਕਦੇ, ਬੇਨਤੀ ਕੋ ਮੰਨਣ ਨੂੰ ਤਿਆਰ ਨਹੀਂ। ਨਗਰ ਕੀਰਤਨਾਂ ਦਾ ਇੰਨਾ ਮੈਂ ਤਾਂ ਹੈਰਾਨ ਹਾਂ, ਮੈਂ ਤਾਂ ਇੱਥੇ ਦੇਖਿਆ ਤੇ ਉਹਦੇ ਚ ਕੋਈ ਮਰਿਆਦਾ ਨਹੀਂ ਹੁੰਦੀ, ਕੋਈ ਮਰਿਆਦਾ, ਸਾਰੀਆਂ ਮਰਿਆਦਾ ਭੁੱਲ ਚੁੱਕੇ ਹਨ, ਭੁੱਲ ਚੁੱਕੇ ਹਨ। ਉਹ ਪਤਾ ਨਹੀਂ ਹਉਮੈ ਨੂੰ ਪੱਠੇ ਪਾਉਂਦੇ ਆ ਲੋਕ। ਇੱਥੇ ਲੰਗਰਾਂ ਦੀ ਗੱਲ ਚੱਲੀ, ਮੈਂ ਕਿਹਾ ਸਾਡੇ ਪਾਸ 3 ਲੰਗਰ ਨੇ, 3 ਲੰਗਰ ਹਾਲਾਂ ਦੇ ਵਿੱਚ ਸਾਰੇ ਇਕੱਠੇ ਹੋ ਕੇ ਸਮੁੱਚੀ ਏਕਤਾ ਨਾਲ ਇੱਕ ਜਗ੍ਹਾ ਲੰਗਰ ਲਾ ਲਓ ਨਾ, ਅਸੀਂ ਤਾਂ ਅਲੱਗ ਲਾਉਣਾ ਜੀ। ਅਸੀਂ ਸਾਡੇ ਪਿੰਡ ਦਾ ਉੱਤੇ ਗੁਰੂ ਕਾ ਲੰਗਰ ਲਿਖਿਆ ਹੋਇਆ ਬੈਨਰ ਤੇ ਅੰਦਰ ਜੋੜੇ ਪਾਏ ਹੋਏ ਨੇ, ਫੱਟੇ ਰੱਖੇ ਹੋਏ ਨੇ, ਹਨਾ, ਕੋਈ ਸੁਣਨ ਨੂੰ ਤਿਆਰ ਨਹੀਂ ਹੈ। ਅੱਜ ਕੱਲ ਬਿਲਕੁਲ ਮਰਿਆਦਾ ਭੁੱਲ ਚੁੱਕੇ ਨੇ ਲੋਕੀ ਜੀ। ਲੋਕਾਂ ਨੂੰ ਦੇਖੋ, ਮੈਂ ਤਾਂ ਇਹ ਕਹਿਣਾ ਵੀ ਸਾਨੂੰ ਇਸ ਬਾਰੇ ਸੋਚਣਾ ਪਏ, ਸੋਚਣਾ ਚਾਹੀਦਾ, ਸਾਡੀ ਕੌਮ ਨੂੰ, ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਤੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ, ਲੋਕਾਂ ਨੂੰ ਸਹਿਯੋਗ ਕਰਨਾ ਚਾਹੀਦਾ। ਜੇ ਕੋਈ ਬੰਦਾ ਮਤਲਬ ਇਸ ਤਰ੍ਹਾਂ ਦੀ ਗੱਲ ਕਹਿੰਦਾ, ਉਹਨੂੰ ਸੁਣਨ, ਉਹਦੇ ਤੇ ਅਮਲ ਕਰਨ ਦੀ ਕੋਸ਼ਿਸ਼ ਕਰਨ, ਤੇ ਜਿੱਦਬਾਜ਼ੀ ਨਾਲ ਜਾਂ ਹਉਮੈ ਨੂੰ ਪੱਠੇ ਪਾਉਣ ਲਈ ਅਜਿਹੇ ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਕਰਨ। ਭਾਈ ਸਾਹਿਬ, ਇੱਥੋਂ ਦੇ ਸ੍ਰੀ ਚਮਕੌਰ ਸਾਹਿਬ ਜੀ ਦੇ ਇਤਿਹਾਸ ਬਾਰੇ ਵੀ ਥੋੜੀ ਬਹੁਤੀ ਜਾਣਕਾਰੀ ਦਿਓ ਜੀ। ਦੇਖੋ, ਜੋ ਚਮਕੌਰ ਸਾਹਿਬ ਦਾ ਇਤਿਹਾਸ ਹੈ ਨਾ, ਇਹਨੂੰ ਜਿਵੇਂ ਅੱਲਾ ਯਾਰ ਖਾਂ ਜੋਗੀ ਦੀ ਜਵਾਨੀ ਆ ਵੀ, ਇਹਦੇ ਵਰਗਾ ਇਤਿਹਾਸ ਕੋਈ ਨਹੀਂ ਹੈ। ਬੇਸ਼ੱਕ ਹਰ ਇੱਕ ਅਸਥਾਨ ਦਾ ਆਪਣਾ ਆਪਣਾ ਮਹੱਤਵ ਹੈ, ਪਰ ਜੋ ਇਸ ਸਥਾਨ ਦਾ ਮਹੱਤਵ ਹੈ, ਜੋ ਸਰਹੰਦ ਦਾ ਮਹੱਤਵ ਹੈ, ਉਹ ਦੁਨੀਆਂ ਵਿੱਚ ਹੋਰ ਕਿਸੇ ਅਸਥਾਨ ਦਾ ਮਹੱਤਵ ਨਹੀਂ ਹੋ ਸਕਦਾ। ਜਿਹੜਾ ਇਸ ਅਸਥਾਨ 'ਤੇ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਵਿਖੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ 4 ਸੰਕਲਪ, 4 ਵਾਅਦੇ ਸਿੱਖਾਂ ਨਾਲ, ਜੋ 5 ਪਿਆਰਿਆਂ ਨਾਲ ਅੰਮ੍ਰਿਤ ਛਕਾਉਣ ਵੇਲੇ ਕੀਤੇ ਸੀ, ਉਹ ਇਸ ਅਸਥਾਨ 'ਤੇ ਆ ਕੇ ਪੂਰੇ ਕੀਤੇ ਨੇ। ਪਹਿਲਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਮੈਂ 1.25 ਲੱਖ ਨਾਲ ਇੱਕ ਲੜਾਵਾਂਗਾ, ਇਸ ਅਸਥਾਨ 'ਤੇ 1.25 ਲੱਖ ਨਾਲ ਇੱਕ ਲੜਾਇਆ। ਦੂਜਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਮੈਂ 5 ਪਿਆਰਿਆਂ ਦਾ, 5 ਸਿੰਘਾਂ ਦਾ ਹੁਕਮ ਮੰਨਾਂਗਾ ਲੋੜ ਪਵੇ ਤਾਂ, ਅਤੇ ਇਸ ਸਥਾਨ 'ਤੇ 5 ਪਿਆਰਿਆਂ ਨੇ ਲੋੜ ਸਮਝੀ ਅਤੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਅਤੇ ਗੁਰੂ ਸਾਹਿਬ ਨੇ ਸਿਰ ਮੱਥੇ ਮੰਨਿਆ। ਤੀਜਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਮੈਂ ਪਰਿਵਾਰ ਵਾਰ ਦੂੰਗਾ, ਇਸ ਅਸਥਾਨ 'ਤੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰਨ ਦੀ ਜਿਹੜੀ ਪਹਿਲੀ ਕਿਸ਼ਤ ਹੈ ਉਹ ਇਸ ਅਸਥਾਨ 'ਤੇ ਅਦਾ ਕੀਤੀ। 2 ਸਾਹਿਬਜ਼ਾਦੇ ਆਪਣੀ ਅੱਖਾਂ ਦੇ ਸਾਹਮਣੇ ਜੰਗ ਦੇ ਵਿੱਚ ਭੇਜ ਕੇ ਸ਼ਹੀਦ ਕਰਵਾਏ। ਅਤੇ ਤੀਜਾ ਚੌਥਾ ਵਾਅਦਾ ਉਹਨਾਂ ਨੇ ਕੀਤਾ ਸੀ ਕਿ ਮੈਂ ਗਰੀਬ ਸਿੱਖਣ ਕੋ ਦੂੰ ਪਾਤਸ਼ਾਹ। ਉਹਨਾਂ ਨੇ ਆਪਣੇ ਸਿਰ ਦਾ ਤਾਜ, ਕਲੰਗੀ ਹੈ ਨਾ, ਅਤੇ ਭਾਈ ਸੰਗਤ ਸਿੰਘ ਦੇ ਸਿਰ 'ਤੇ ਸਜਾ ਦਿੱਤੀ। 4 ਵਾਅਦੇ, ਜੋ 4 ਸੰਕਲਪ ਨੇ, ਗੁਰੂ ਸਾਹਿਬ ਨੇ ਇਸ ਸਥਾਨ 'ਤੇ ਪੂਰੇ ਕੀਤੇ ਨੇ। ਐਡਾ ਵੱਡਾ ਸਿੱਖ ਕੌਮ ਦਾ ਇਤਿਹਾਸ ਇਸ ਚਮਕੌਰ ਸਾਹਿਬ ਦੀ ਧਰਤੀ ਦੇ ਚਰੇ ਚਰੇ ਵਿੱਚ ਸਮੋਇਆ ਹੋਇਆ ਹੈ ਅਤੇ ਇਹ ਬਹੁਤ ਵੱਡਾ ਇਤਿਹਾਸ ਹੈ। ਇੱਥੇ ਤਾਂ ਅੱਲਾ ਯਾਰ ਖਾਂ ਲੋਕ ਜੋਗੀ ਲਿਖਦਾ, ਭਟਕਤੇ ਫਿਰਤੇ ਹੈ ਕਿਉਂ, ਹੱਜ ਕਰੇ ਜਹਾਂ ਆ ਕਰ, ਜੇ ਕਾਬਾ ਪਾਸ ਹੈ ਹਰ ਇੱਕ ਖਾਲਸਾ ਕੇ ਲਈ। ਇਸੇ ਤਰ੍ਹਾਂ ਜੋ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਹੈ ਉਹ ਵੀ ਬਹੁਤ ਵਿਲੱਖਣ ਹੈ। ਸਾਹਿਬਜ਼ਾਦਿਆਂ ਨੂੰ ਬੇਸ਼ੱਕ ਇੰਨਾ ਅਸੀਂ ਜਾਣਦੇ ਹਾਂ ਕਿ ਉਹਨਾਂ ਨੂੰ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ, ਪਰ ਨਹੀਂ, ਇਤਿਹਾਸ ਦੱਸਦਾ ਕਿ ਉਹਨਾਂ ਨੂੰ ਨੀਹਾਂ 'ਚ ਚਿਣ ਕੇ ਨਹੀਂ, ਉਹਨਾਂ ਨੂੰ ਉਹਨਾਂ ਦੇ ਸਿਰ ਕਲਮ ਕਰਕੇ ਸ਼ਹੀਦ ਕੀਤਾ। ਬਹੁਤ ਵੱਡੀ ਗੱਲ ਹੈ। 9 ਤੇ 7 ਸਾਲ ਦੇ ਬੱਚਿਆਂ ਨੂੰ ਹੈ ਕਿੰਨੇ ਤਸੀਹੇ, ਗੁਲੇਲੇ ਮਾਰਨੇ ਹੈ ਨਾ, ਅਤੇ ਉਹਨਾਂ ਦੇ ਗਿੱਟੇ ਛਿੱਲ ਦੇਣੇ, ਗੋਡੇ ਛਿੱਲ ਦੇਣੇ ਹੈ ਨਾ, ਅਤੇ
ਵੱਡੇ ਦੇ ਸਾਹਮਣੇ ਛੋਟੇ ਨੂੰ ਤਸੀਹੇ, ਛੋਟੇ ਦੇ ਸਾਹਮਣੇ ਵੱਡੇ ਨੂੰ ਤਸੀਹੇ, ਤੇ ਛੋਟੇ ਨੂੰ ਤਸੀਹੇ ਦੇਣ ਵੇਲੇ ਵੱਡੇ ਨੂੰ ਪੁੱਛਿਆ ਜਾਂਦਾ ਕਿ ਕਿਉਂ ਇਨ ਮੰਨੇਗਾ, ਤੇ ਵੱਡੇ ਨੂੰ ਤਸੀਹੇ ਦੇਣ ਵੇਲੇ ਛੋਟੇ ਨੂੰ ਪੁੱਛਿਆ ਜਾਂਦਾ ਕਿਉਂ ਇਨ ਮੰਨੇਗਾ। ਪਰ ਮਾਂ ਦੇ ਸ਼ੇਰਾਂ ਨੇ, ਸਾਹਿਬ ਦੇ ਲਾਲਾਂ ਨੇ ਸੀ ਨਹੀਂ ਉਚਾਰੀ, ਕਦੇ ਵੀ ਇਹ ਨਹੀਂ ਕਿਹਾ ਵੀ ਅਸੀਂ ਇਸਲਾਮ ਧਰਮ ਕਰਨ ਕਬੂਲ ਕਰਨ ਲਈ ਤਿਆਰ। ਬਹੁਤ ਵਿਲੱਖਣ ਇਤਿਹਾਸ ਹੈ, ਇਹ ਸਾਨੂੰ ਲੋਕਾਂ ਦੇ ਵਿੱਚ ਜ਼ਰੂਰ ਲੈ ਕੇ ਜਾਣਾ ਚਾਹੀਦਾ। ਇੱਕ ਮੈਂ ਹੋਰ ਦੇਖ ਰਿਹਾ ਕਿ ਸਾਡੇ ਲੋਕ ਨੇ ਜਿਹੜੇ ਉਹ ਹੋਰ ਪਾਸੇ ਨੂੰ ਤੁਰ ਰਹੇ, ਜਿਨ੍ਹਾਂ ਕੋਲ ਐਡਾ ਅਮੀਰ ਇਤਿਹਾਸ ਹੈ, ਐਡਾ ਅਮੀਰ ਵਿਰਸਾ ਹੈ, ਐਡੇ ਵੱਡੇ ਸਹਾਦਤਾਂ ਭਰੇ ਅਸਥਾਨ ਨੇ, ਹੈ ਨਾ, ਤੇ ਫਿਰ ਵੀ ਅਸੀਂ ਆਹ ਧਰਮ, ਆਪਣਾ ਧਰਮ ਛੱਡ ਕੇ ਹੋਰ ਧਰਮ ਵੱਲ ਨੂੰ ਸੋਚਦੇ ਹਾਂ ਜਾਂ ਜਾਂਦੇ ਹਾਂ, ਜਾਂ ਅਸੀਂ ਪਤਿਤ ਪੁਣੇ ਵੱਲ ਨੂੰ ਜਾਂਦੇ ਹਾਂ, ਜਾਂ ਅਸੀਂ ਨਸ਼ੇ ਵੱਲ ਨੂੰ ਜਾਂਦੇ ਹਾਂ। ਕਿੱਡੀ ਦੁੱਖ ਦੀ ਗੱਲ ਹੈ ਕਿ ਸਰਹੰਦ ਜਾਣਾ ਹੋਵੇ, ਯਾਰ ਮੈਂ ਦਾੜੀ ਮਨਾਇਆ ਵਾਂ, ਕੇਸ ਕਟਾਇਆ ਵਾਂ, ਹੈ ਨਾ, ਕਿ ਯਾਰ ਅਸੀਂ ਕਿੱਥੇ ਚੜ ਗਏ ਸੀ, ਸਾਡੇ 'ਚ ਕਿੱਥੇ ਗਿਰਾਵਟ ਆ ਚੁੱਕੀ ਹੈ, ਇੰਨੀ ਗਿਰਾਵਟ ਕਿਉਂ ਆ ਚੁੱਕੀ ਹੈ, ਅਤੇ ਬਹੁਤ ਦੁੱਖ ਦੀ ਗੱਲ ਹੈ, ਅਤੇ ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ। ਇਸ ਤਰ੍ਹਾਂ ਦੇ ਜਿਸ ਤਰ੍ਹਾਂ ਤੁਸੀਂ ਭਾਈ ਸਾਹਿਬ ਕਿਹਾ ਕਿ ਨੌਜਵਾਨਾਂ ਦੇ ਵਿੱਚ ਗਿਰਾਵਟ ਆ ਚੁੱਕੀ ਹੈ, ਕੋਈ ਦਾੜੀ ਕੇਸ ਰੱਖਣ ਨੂੰ ਤਿਆਰ ਨਹੀਂ ਹੈਗਾ, ਤੇ ਉਹ ਦੂਸਰੇ ਧਰਮਾਂ ਦੇ ਵਿੱਚ ਤਬਦੀਲ ਹੁੰਦੇ ਨੇ, ਉਹਨਾਂ ਦੇ ਧਰਮਾਂ ਦੇ ਵਿੱਚ ਕਹਿ ਲਓ ਵੀ ਫੈਸਿਲਿਟੀਆਂ ਮਿਲ ਜਾਂਦੀਆਂ ਨੇ, ਜਿਹੜਾ ਆਪਣਾ ਸਿੱਖੀ ਧਰਮ ਹੈ ਇਸ ਦੇ ਵਿੱਚ ਹਰ ਕੋਈ ਬੱਚੇ ਨੂੰ ਪਾਉਣਾ ਨਹੀਂ ਚਾਹੁੰਦਾ ਹੈਗਾ। ਜਿਸ ਤਰ੍ਹਾਂ ਕਹਿ ਲਓ ਵੀ ਗ੍ਰੰਥੀ ਦਾ ਬੇਟਾ ਜਿਹੜਾ ਗ੍ਰੰਥੀ ਨਹੀਂ ਬਣਨਾ ਚਾਹੁੰਦਾ, ਡਾਕਟਰ ਦਾ ਬੇਟਾ ਡਾਕਟਰ ਦਾ ਡਾਕਟਰ ਬਣਨਾ ਚਾਹੁੰਦਾ। ਇਸ ਤਰ੍ਹਾਂ ਮੰਨਿਆ ਜਾਂਦਾ ਕਿ ਜਿਹੜਾ ਆਪਣਾ ਸਿੱਖ ਧਰਮ ਹੈ ਜੀ, ਆਪਾਂ ਆਪਣੇ ਬੱਚੇ ਨੂੰ ਸਿੱਖੀ ਧਰਮ ਦੇ ਵਿੱਚ ਕਿਉਂ ਨਹੀਂ ਪਾ ਰਹੇ, ਬੱਚੇ ਨੂੰ ਇਹਦਾ ਕਸੂਰ ਕਿਹਨੂੰ ਮੰਨਦੇ ਆ? ਜਿਹੜੀਆਂ ਤੁਸੀਂ ਫੈਸਿਲਿਟੀਆਂ ਦੀ ਗੱਲ ਕਰ ਰਹੇ ਹੋ, ਫੈਸਿਲਿਟੀਆਂ ਕਦੇ ਬੱਚਿਆਂ ਨੂੰ ਥੋੜੀਆਂ ਫੈਸਿਲਿਟੀਆਂ ਦੇ ਰਹੇ ਸੀ? ਡੋਲੇ ਧੀਆਂ ਦੇ ਰਹੇ ਸੀ, 9 ਤੇ 7 ਸਾਲ ਦੇ ਬੱਚਿਆਂ ਨੂੰ ਕਿੰਨੀਆਂ ਸਹੂਲਤਾਂ ਦੇ ਰਹੇ ਸੀ, ਰਾਜ ਦੇ ਰਹੇ ਸੀ, ਭਾਗ ਦੇ ਰਹੇ ਸੀ, ਤੇ ਜੇ ਫੈਸਿਲਿਟੀਆਂ, ਜੇ ਸਿੱਖ ਫੈਸਿਲਿਟੀਆਂ ਭਾਲਦੇ ਨੇ ਤੇ ਫਿਰ ਉਹਨਾਂ ਬੱਚਿਆਂ ਨਾਲ ਤੁਲਨਾ ਕਿਵੇਂ ਕਰ ਸਕਦੇ ਅਸੀਂ ਆਪਣੀ? ਜੀ ਬਿਲਕੁਲ, ਫਿਰ ਅਸੀਂ ਆਪਣੇ ਇਤਿਹਾਸ ਨਾਲ ਆਪਣੀ ਤੁਲਨਾ ਕਿਵੇਂ ਕਰ ਸਕਦੇ ਹਾਂ? ਜੇ ਅਸੀਂ ਫੈਸਿਲਿਟੀਆਂ ਭਾਲਦੇ ਹਾਂ, ਫਿਰ ਤਾਂ ਫੈਸਿਲਿਟੀਆਂ ਜਿੱਥੇ ਮਿਲਦੀਆਂ ਨੇ ਜਾਣ, ਫਿਰ ਧਰਮ ਨਾਲ, ਫਿਰ ਇਸ ਧਰਮ ਨਾਲ ਕੀ ਸੰਬੰਧ ਰਹਿ ਗਿਆ ਸਾਡਾ? ਅੱਜ ਕੱਲ ਦਾ ਜਿਹੜਾ ਸਿੱਖ ਹੈ ਉਹ ਥੋੜੇ ਜੇ ਲਾਲਚ ਦੇ ਬਦਲੇ ਆਪਣਾ ਧਰਮ ਤਬਦੀਲ ਕਰ ਲੈਂਦਾ। ਬੱਚੇ ਸਾਨੂੰ ਇਹੀ ਤਾਂ ਸਿਖਾ ਰਹੇ ਨੇ ਕਿ ਤੁਸੀਂ ਲਾਲਚੀ ਨਹੀਂ ਹੋਣਾ ਜੀ, ਤੁਸੀਂ ਲਾਲਚ ਵੱਸ ਆ ਕੇ ਆਪਣਾ ਧਰਮ ਨਹੀਂ ਛੱਡਣਾ, ਤੇ ਫਿਰ ਅਸੀਂ ਉਹਨਾਂ ਤੋਂ ਕੋਈ ਸਿੱਖਿਆ ਲੈਂਦੇ ਹਾਂ? ਫਿਰ ਅਸੀਂ ਉਹਨਾਂ ਨੂੰ ਕਿਉਂ ਕਹਿੰਦੇ ਹਾਂ ਸਾਡੇ ਧਰਮ ਦੇ ਨੇ? ਜਿਸ ਤਰ੍ਹਾਂ ਅੱਜ ਕੱਲ ਬੱਚਿਆਂ ਨੂੰ ਪੁੱਛਿਆ ਜਾਵੇ ਕਿ 25 ਦਸੰਬਰ ਨੂੰ ਕੀ ਹੁੰਦਾ, ਕਈ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ 25 ਜਾਂ 27 ਦਸੰਬਰ ਨੂੰ ਕੀ ਹੋਇਆ ਸੀ। ਜਿਸ ਤਰ੍ਹਾਂ ਇੱਕ ਚੈਨਲ ਤੇ ਇੰਟਰਵਿਊ ਕੀਤੀ ਸੀਗੀ ਬੱਚੇ ਦੀ, ਤੇ ਉਸਨੂੰ ਪੁੱਛਿਆ ਗਿਆ ਕਿ ਅੱਜ 25 ਦਸੰਬਰ ਹੈ, ਕੀ ਹੋਇਆ ਸੀ ਅੱਜ ਦੇ ਦਿਨ? ਉਹ ਕਹਿੰਦਾ ਕਿ ਅੱਜ ਕ੍ਰਿਸਮਿਸ ਹੈ। ਦੇਖੋ ਤੁਸੀਂ ਸੁਣਿਆ ਹੋਊਗਾ, ਹੁਣ ਇੰਟਰਨੈਟ ਦਾ ਯੁੱਗ ਆ ਜੀ, ਮੈਂ ਵੀ ਇੱਕ ਪੋਸਟ ਪੜ੍ਹੀ ਸੀ, ਯਿਸੂ ਮਸੀਹ ਨੂੰ ਜਦੋਂ ਤਸੀਹੇ ਦਿੱਤੇ ਤਾਂ ਉਹਨੇ ਪਰਮਾਤਮਾ ਨਾਲ ਗਿਲਾ ਕੀਤਾ, ਸਿਖਵਾ ਕੀਤਾ, ਲੇਕਿਨ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਪਰਮਾਤਮਾ ਦਾ ਸ਼ੁਕਰ ਕੀਤਾ ਜੀ। ਕਿੰਨਾ ਫਰਕ ਹੈ, ਜ਼ਮੀਨ ਤੇ ਅਸਮਾਨ ਦਾ ਫਰਕ, ਅਸਮਾਨ ਦਾ ਫਰਕ। ਇੱਕ ਬੰਦਾ ਗਿਲਾ ਕਰ ਰਿਹਾ ਵੀ ਮੈਨੂੰ ਤੁਸੀਂ ਇਹ ਕਿਉਂ ਦਿੱਤੇ ਗਏ, ਇੱਕ ਕਹਿ ਰਿਹਾ ਪਰਮਾਤਮਾ ਤੇਰਾ ਸ਼ੁਕਰ ਹੈ, ਤੇਰੀ ਅਮਾਨਤ ਸੀ ਤੂੰ ਲੈ ਗਿਆ। ਸਾਨੂੰ ਤੁਲਨਾ ਉੱਥੇ ਕਰਨੀ ਚਾਹੀਦੀ ਆ ਵੀ ਕੌਣ ਸੱਚਾ ਕੌਣ ਝੂਠਾ, ਕੌਣ ਚੰਗਾ ਕੌਣ ਮਾੜਾ, ਅਸੀਂ ਕਿਹੜੇ ਪਾਸੇ ਦੇ ਸੀ? ਜੇ ਅਸੀਂ ਜਾਣ ਬੁੱਝ ਕੇ ਖੂਹ ਚ ਡਿੱਗਦੇ ਫਿਰ ਡਿੱਗੀ ਜਾਈਏ ਜੀ, ਬਿਲਕੁਲ। ਫਿਰ ਤਾਂ ਕੋਈ ਉਹ ਨਹੀਂ ਹੈ, ਫਿਰ ਕੌਣ ਰੋਕ ਸਕਦਾ ਇਹਨਾਂ ਨੂੰ? ਕੀ ਸਾਨੂੰ ਪਤਾ ਨਹੀਂ ਸੱਚ ਕੌਣ ਆ ਝੂਠ ਕੌਣ ਆ? ਯਿਸੂ ਮਸੀਹ ਨੂੰ ਤੁਸੀਂ ਜਾਣਦੇ ਹੋ, ਯਿਸੂ ਮਸੀਹ ਦੀ ਤੁਸੀਂ ਗੱਲ ਕਰਦੇ ਹੋ, ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪਰਮਾਤਮਾ ਤੇਰਾ ਸ਼ੁਕਰ ਹੈ।
ਇੱਕ ਪਾਸੇ ਆਪਾਂ ਕਹਿ ਰਹੇ ਹਾਂ ਕਿ ਗੁਰੂ ਸਾਹਿਬ ਨੇ ਕਿੰਨੀਆਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਤੇ ਆਪਾਂ ਇੱਕ ਪਾਸੇ ਤੁਲਨਾ ਕਰਦੇ ਹਾਂ ਆਮ ਬੰਦੇ ਦੇ ਨਾਲ ਕਿਸੇ ਖਾਸ ਬੰਦੇ ਦੀ, ਪਰ ਲੇਕਿਨ ਅੱਜ ਆਪਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਕਿੱਥੇ ਖੜੇ ਹਾਂ ਤੇ ਸਾਡੇ ਗੁਰੂ ਸਾਹਿਬ ਸਾਨੂੰ ਕੀ ਸਿਖਾ ਕੇ ਗਏ ਸੀ। ਸੋ ਸਮਝਣ ਦੀ ਲੋੜ ਅੱਜ ਦੀ ਜਵਾਨੀ ਨੂੰ। ਤੁਸੀਂ ਸਿੱਖ ਸੰਗਤਾਂ ਨੂੰ ਭਾਈ ਸਾਹਿਬ ਬਹੁਤ ਵਧੀਆ ਵਿਚਾਰ ਆਪਣੇ ਪ੍ਰਗਟ ਕੀਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਸ ਸਮੇਂ ਪਹਿਰੇਦਾਰ ਟੀਵੀ ਦੇਖ ਰਹੇ ਸੀ। ਮੈਂ ਜਗਤਾਰ ਸਿੰਘ ਸ੍ਰੀ ਚਮਕੌਰ ਸਾਹਿਬ ਤੋਂ ਕੈਮਰਾ ਪਰਸਨ ਟੋਨੀ ਦੇ ਨਾਲ